ਕਬੱਡੀ ਦਾ ਸਟਾਰ ਦੋ ਮੰਗੇ ਲੈ ਵੀ ਪ੍ਰਧਾਨ ਵੀਰ ਮਸ਼ਹੂਰ ਹੋਇਆ ਕਬੱਡੀ ਦੇ ਵਿੱਚ ਕੋਟ ਵਾਲੇ ਕਹਿੰਦੇ ਵੀ ਇੱਕ ਮੰਗਾ ਜਾ ਵਸਿਆ ਇਟਲੀ ਵਿੱਚ ਇੱਕ ਮੰਗਾ ਕਹਿੰਦੇ ਬਤਾੜ ਜਿਹੜਾ ਨਾ ਗਰਾਊਂਡਾਂ ਵਿੱਚ ਖੇਡਦਾ ਹੈ ਉਸੇ ਤਰ੍ਹਾਂ ਸਮੇਂ-ਸਮੇਂ ਦੇ ਕਹਿੰਦੇ ਕਬੱਡੀ ਦੇ ਬਹੁਤ ਤਕੜੇ ਮੱਲ ਹੋਏ ਹੈ ਇਸੇ ਨਗਰ ਦੇ ਆਪਾਂ ਸਾਰਿਆਂ ਦੀ ਜਾਣਕਾਰੀ ਤੁਹਾਨੂੰ ਦਿੰਦੇ ਜਾਵਾਂਗੇ ਲਓ ਇਸ ਵੇਲੇ ਮੈਦਾਨ ਦੇ ਵਿੱਚ ਆਪਾਂ ਵੇਖਦੇ ਹਾਂ ਇਹ ਬਹੁਤ ਹੀ ਤਕੜੇ ਮੁਕਾਬਲੇ ਕਬੱਡੀ ਦੇ ਜਿਹੜੇ ਖੇਡੇ ਜਾ ਰਹੇ ਨੇ ਇੱਕ ਇੱਕ ਕਬੱਡੀ ਪੂਰੀ ਸ਼ਾਨਦਾਰ ਬਣੀ ਹੋਈ ਹੈ ਇੱਕ ਇੱਕ ਜੱਫੇ ਦੀ ਗੱਲ ਵੱਖਰੀ ਹੈ ਕਿ ਖੇਡ ਨਹੀਂ ਕਬੱਡੀ ਇਹ ਖੇਡਾਂ ਵਿੱਚੋਂ ਵੱਡੀ ਏ ਕਿਹਨੇ ਤੈਨੂੰ ਜੰਮਿਆ ਹੈ ਵਾਸਤੇ ਜਵਾਨੀ ਦੇ ਕਿਹਨੇ ਤੇਰਾ ਰੱਖਿਆ ਹੈ ਨਾਂ ਲੜਕੇ 400 ਮੀਟਰ ਇਸ ਲਈ ਪਹੁੰਚ ਜਾਣ ਦੀ ਸਲਾਮ ਕੰਗ ਲੜਕੇ 400 ਮੀਟਰ ਜਿਹਨੇ ਤੈਨੂੰ ਜੰਮਿਆ ਹੈ ਮਾਂ ਜਿਹਨੇ ਤੈਨੂੰ ਜੰਮਿਆ ਹੈ ਮਾਂ ਓਮ ਵੀਰੇ ਇੱਕ ਮਿੰਟ ਲੜਕੀਆਂ ਦੀ ਜਿਹੜੀ 1500 ਮੀਟਰ ਰੇਸ ਹੋਈ ਸੀ ਉਹਦਾ ਫਾਈਨਲ ਰਿਜ਼ਲਟ ਹੈ ਜੀ ਫਸਟ ਆਈ ਆ ਬੇਅੰਤ ਕੌਰ ਗਾਲਮ ਕਲਾ ਤੋਂ ਸੈਕਿੰਡ ਸੁਮਨਦੀਪ ਕੌਰ ਲਾਟੋਂ ਦਾ ਨਾਂ ਤੇ ਥਰਡ ਸਰਜੀਤ ਕੌਰ ਭੈਣੀ ਸਾਹਿਬ ਹਾਂਜੀ ਓਮ ਜੀ 400 ਮੀਟਰ ਲੜਕੇ ਪਹੁੰਚ ਜਾਣ ਜੀ ਫਾਈਨਲ 400 ਮੀਟਰ ਲੜਕੇ ਸਟਾਰਟਿੰਗ ਪੁਆਇੰਟ ਤੇ 400 ਮੀਟਰ ਲੜਕੇ ਐਥਲੈਟਿਕਸ ਹੈਲੋ ਜਗਦੀਸ਼ ਕੁੰਦਰ ਪ੍ਰਧਾਨ ਮਨਿੰਦਰ ਕੁੰਦਰ ਜਸਮਨਪ੍ਰੀਤ ਸਿੰਘ ਹਰਪ੍ਰੀਤ ਕੁੰਦਰ ਹੈਪੀ ਟਰੈਕ ਕਲੀਅਰ ਕਰ ਦਿਓ ਜੀ 400 ਮੀਟਰ ਲਈ ਟਰੈਕ ਇਸ ਵਿੱਚ ਸਾਡੇ ਨੇੜੇ ਨਾ ਹੋਵੇ ਆਰਗੇਨਾਈਜ਼ਰ ਜਿਹੜੀ ਟੀਮ ਹੈ ਜਿਨ੍ਹਾਂ ਦੇ ਮੋਢਿਆਂ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਪਈਗੀ ਹੈ ਲੜਕੇ ਪਹੁੰਚਣ 400 ਮੀਟਰ ਰੇਸ ਲਈ ਲੜਕੇ 400 ਮੀਟਰ ਫਾਈਨਲ ਰੇਸ ਟਰੈਕ ਕਲੀਅਰ ਕਰ ਦਿਓ ਫੈਂਸ ਦੇ ਨੇੜੇ ਕੋਈ ਨਾ ਹੋਵੇ ਬਾਬਾ ਜੀ ਪਿੱਛੇ ਹੋ ਜਾਓ ਜੀ ਪੌੜੀਆਂ ਤੇ ਹੋ ਜਾਓ ਵੀਰੇ ਪਿੱਛੇ ਟਰੈਕ ਕਲੀਅਰ ਕਰ ਦਿਓ ਆ ਜਿਹੜਾ ਬੈਠਾ ਇਹਨੂੰ ਵੀ ਲੈ ਜਾ ਆ ਪਾਣੀ ਵਾਲਾ ਵੀਰੇ ਇਹਨੂੰ ਸਾਈਡ ਤੇ ਕਰੀ ਇੱਕ ਨੰਬਰ ਗਰਾਊਂਡ ਦੇ ਵਿੱਚ ਕਬੱਡੀ ਦੇ ਪਾਣੀ ਜਿਹੜਾ ਜ਼ਰੂਰ ਪੁੱਛਦਾ ਕੀਤਾ ਜਾਵੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਬਾਲਟੀ ਖਾਲੀ ਹੈ ਬਿਲਕੁਲ ਇਹਨੂੰ ਪਰੇ ਕਰੀ ਵੀਰੇ ਇਹਨੂੰ ਪਰੇ ਕਰੀ ਬੀ ਗਰਾਊਂਡ ਦੇ ਕੋਲੇ ਬੈਠਾ ਗੰਗੂ ਰਾਏ ਦੀ ਟੀਮ ਜਿਹੜੀ ਪੁੱਜ ਚੁੱਕੀ ਹੈ ਸਿੱਧ ਸਰ ਉੱਬੂਵਾਲ ਦੀ ਟੀਮ ਜੇਕਰ ਪੁੱਜ ਗਈ ਹੈ ਤਾਂ ਹੱਥ ਖੜਾ ਕਰ 400 ਮੀਟਰ ਲੜਕੇ ਪਹੁੰਚ ਜਾਣ ਟਰੈਕ ਦੇ ਨੇੜੇ ਸਟਾਰਟਿੰਗ ਪੁਆਇੰਟ ਤੇ 400 ਮੀਟਰ ਲੜਕੇ ਟਰੈਕ ਕਲੀਅਰ ਕਰ ਦੋ ਟਰੈਕ ਦੇ ਵਿੱਚ ਕੋਈ ਨਾ ਖੜਾ ਹੋਵੇ ਜੀ ਲਾਈਨ ਤੋਂ ਪਰੇ ਰਹਿਣ ਜੀ ਪ੍ਰਦੀਪ ਦੇਖੀ ਵੀਰੇ ਪਿੱਛੋਂ ਕਲੀਅਰ ਕਰਾਈ ਟਰੈਕ ਕਲੀਅਰ ਕਰ ਦੋ ਜੀ ਜਗਦੀਪ ਸਿੰਘ ਜੀ ਕੂਨਰ 400 ਮੀਟਰ ਲੜਕਿਆਂ ਲਈ ਜਾਂ ਕਿਰਾਇਆਂ ਨੂੰ ਅਟੈਂਡ ਕਰਨ ਲਈ ਸਰਦਾਰ ਜਗਦੀਪ ਸਿੰਘ ਜੀ ਕੂਨਰ 2 ਮਿੰਟ ਦੇ ਵਿੱਚ ਵਿੱਚ ਜਿਹੜੇ ਆ ਗਏ ਠੀਕ ਆ ਨਹੀਂ ਅਸੀਂ ਰੇਸ ਛੱਡ ਦੇਣੀਆਂ 400 ਮੀਟਰ ਲੜਕੇ ਫਾਈਨਲ ਕਾਲ ਓਮ ਕੜਿਆਣਾ ਜੀ ਆ ਬੀ ਨੰਬਰ ਦੇ ਆਪਣੇ 2 ਨੰਬਰ ਗਰਾਊਂਡ ਖਾਲੀ ਹੋ ਗਿਆ ਮੈਚ ਸ਼ੁਰੂ ਕਰਾਓ ਟੀਮਾਂ ਦੀ ਨਾਲੇ ਨਾਲ ਅਨਾਊਂਸ ਕਰ ਦਿਓ ਕਿਉਂਕਿ ਜਦ ਸਾਡੇ ਕੋਲ ਬੀ ਆਈ ਪੀ ਸਟੇਜ ਤੇ ਪਹੁੰਚਣਗੇ 400 ਮੀਟਰ ਲੜਕੇ ਆ ਜਾਓ ਜੀ ਸਟਾਰਟਿੰਗ ਪੁਆਇੰਟ ਤੇ ਜਿਹੜੇ ਆ ਗਏ ਇਹਨਾਂ ਦੀ ਰੇਸ ਕਰਾ ਦੇਣੀ ਆ 400 ਮੀਟਰ ਲੜਕੇ ਰੇਸ ਸ਼ੁਰੂ ਹੋਣ ਲੱਗੀ ਆ ਟਰੈਕ ਕਲੀਅਰ ਕਰ ਦਿਓ ਜੀ ਕੋਈ ਵੀ ਟਰੈਕ ਦੇ ਵਿੱਚ ਨਾ ਹੋਵੇ ਟਰੈਕ ਕਲੀਅਰ ਕਰ ਦਿਓ ਜੀ ਸਾਰਾ 400 ਮੀਟਰ ਲੜਕੇ ਟਰੈਕ ਕਲੀਅਰ ਕਰ ਦਿਓ ਜੀ ਇੱਧਰ ਬੀ ਗਰਾਊਂਡ ਸਾਈਡ ਵੀਰੇ ਪਲੇਅਰ ਬਾਹਰ ਹੋ ਜਾਓ ਰੇਸ ਸਟਾਰਟ ਕਰਨ ਲੱਗਿਆਂ ਜੀ ਹੁਣ ਬਾਅਦ 'ਚ ਕੋਈ ਵੀ 400 ਮੀਟਰ ਦਾ ਪਾਰਟੀਸਪੇਟ ਸਾਡੇ ਕੋਲ ਨਾ ਹੋਵੇ 400 ਮੀਟਰ ਰੇਸ ਫਾਈਨਲ ਉਹ ਤੁਸੀਂ ਪਰੇ ਹੋ ਜਾਓ ਵੀਰੇ ਪਰੇ ਹੋ ਜਾਓ ਠੀਕ ਹੈ ਜੀ ਹਾਂਜੀ ਟਰੈਕ ਕਲੀਅਰ ਕਰ ਦਿਓ ਵੀਰੇ ਕਬੱਡੀ ਵਾਲੇ ਵੀਰ
ट्रैक क्लीयर करा दो जी, रेस स्टार्ट होने लगी है 400 मीटर लड़कियों की। ग्राउंड के दो गेड़े स्टार्ट, रेस शुरू होगी जी, कोई भी बिच ना आवे। दो गेड़े ने जी ग्राउंड के पूरे, ट्रैक खाली कर दो जी। हेलो लास्ट गेड़ा जी, फाइनल गेड़ा, बेचना बचो भीरे, चल 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 कोई ना। वाहिगुरु जी का खालसा, वाहिगुरु जी की फतेह। श्री गुरु नानक देव जी स्पोर्ट्स क्लब, बहुत ही बढ़िया फाइनल गेड़ा भी यार। सारे दर्शक वीर इन्हों का ताड़ियों के नाल स्वागत करो, सारे दर्शक वीर। नाम लिखा दियो, 400 मीटर बी ग्राउंड दे विच्चों टीम जिहड़ी ओ जलाल दी जीतू है। प्रबंधक वीर नोट कर लैन, जलाल दी टीम जीतू है। श्री गुरु नानक देव जी स्पोर्ट्स क्लब पिंड कोट गंगू राय जिला लुधियाना, कहिंदे पंजाब दे 12,772 पिंडां दे विच्चों जिले लुधियाने दे नगर कोट गंगू राय दे विच अज कबड्डी दा जिहड़ा खेड मेला है, जिले लुधियाने दे 894 पिंडां दे विच्चों अज कोट नाम लिखा दियां के फास्ट वाला कोट गंगू राय दे विच लगियां होईयां रौनकां मेरे वीरू। के शुक्र करिए उस परमात्मा का जिन्हें मिट्टी के जिस्म नूं जान बख्शी, कुछ सोचन लई दिमाग दिता, कुछ बोलन लई जबान बख्शी, एक वतन सानूं पंजाब दिता, उत्तों वक्री सानूं पहचान बख्शी। जिथे जाईदा लोकी सरदार कहिंदे सानूं इन्नी उस वाहिगुरु ने शान बख्शी। कबड्डी 365 वैबसाइट, कबड्डी की नंबर 1 वैबसाइट है, ते कबड्डी 365 ते अज दा इह खेड मेला जिहड़ा लाइव टैलीकास्ट किया जा रहा है। यह ग्राउंड दे विचों भीखी की टीम जिहड़ी जेतू है, ये प्रबंधक वीर नोट करनगे। भीखी दे पॉइंट ने 12.5 ते विरोधी टीम दे पॉइंट ने जिहड़ी हरियाणे तो पुजी है उहदे 6 पॉइंट ने। चलदे मुकाबले दे विचों भीखी की टीम जेतू है। हैलो एक मिनट जी, 400 मीटर जिहड़ी लड़कियां दी फाइनल रेस हुई आ, उदे चों फस्ट बलजीत सिंह लुधियाणा, सैकेंड राजू कुमार लुधियाणा, ते थर्ड दिलप्रीत सिंह। और नाल ही प्रबंधक वीरां नूं बेनती है भी अगले मैचां दी लिस्ट जिहड़ी जरूर पहुंचदी कर दित्ती जावे। लो कबड्डी दे सुपर स्टार खिडारियां दी गल होणी है मेरे वीरो, भार 75 किलो दे विच। कहिंदे बद्दोवाल दा शेरू पूजा होया, किहड़ी टीम दे लई कबड्डियां पावेगा ਇਹ ਥੋੜੇ ਸਮੇਂ ਤੱਕ ਆਪਾਂ ਨੂੰ ਪਤਾ ਲੱਗ ਜਾਣਾ ਮੇਰੇ ਵੀਰੋ। ਕਬੱਡੀ ਜਿਹੜੀ ਸਮੇਂ ਦੀ ਮਹਤਾਜ ਹੈ, ਔਰ ਸਾਊਂਡ ਬੜਾ ਵਧੀਆ ਹੈ। ਸਾਰੇ ਹੀ ਨਗਰ ਦਾ ਤੇ ਸਾਡੇ ਪ੍ਰਬੰਧਕ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿੰਨੇ ਵੀ ਆਰਗੇਨਾਈਜ਼ਰ ਨੇ ਸਾਡੇ ਵੀਰ, ਸਾਰੇ ਹੀ ਭਰਾਵਾਂ ਦਾ ਧੰਨਵਾਦ ਕਰਦੇ ਹਾਂ। ਜਗਦੀਸ਼ ਸਿੰਘ ਜੀ ਕੋਨਰ, ਸ਼ਨੀ ਕੋਨਰ ਤੇ ਗੁਰਮੀਤ, ਇਹਨਾਂ ਸਾਰੇ ਹੀ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਿੰਨੇ ਵੀ ਵਾਲੀਬਾਲ ਦੇ ਗਰਾਊਂਡ ਦੇ ਵਿੱਚ ਮਿੰਦੀ ਰੋਲੇ ਵਾਲਾ ਪਹੁੰਚੇ, ਮਿੰਦੀ ਰੋਲੇ ਵਾਲਾ ਵਾਲੀਬਾਲ ਦੇ ਗਰਾਊਂਡ ਵਿੱਚ ਉਹਨੂੰ ਬੁਲਾਇਆ। 365 ਵਾਲਾ ਵੀਰ ਕੈਮਰਾਮੈਨ ਫੋਟੋਗ੍ਰਾਫਰ ਗਰਾਊਂਡ 'ਚ ਪਹੁੰਚੇ ਮਾੜਾ ਜਿਹਾ, 365 ਵਾਲਾ। ਲਓ ਕਬੱਡੀ 75 ਕਿਲੋ ਭਾਰ, 68 ਕਿਲੋ ਭਾਰ ਵਰਗ ਦੇ ਜਿਹੜੇ ਮੈਚ ਨੇ ਮੇਰੇ ਵੀਰੋ, ਉਹ ਹੈ ਕਲੋਟੀ ਪਿੰਡ ਤੇ ਡੇਰਾ ਜਖੇਪਲ, ਵੱਡਾ ਘਰ ਤੇ ਜੰਡਸਰ ਰਾਮਗੜ, ਜੰਡਸਰ ਹਮੀਦੀ ਤੇ ਛਾਤਰ ਹਰਿਆਣਾ, ਮੱਲੀਆਂ ਵਾਲਾ ਤੇ ਸਾਦੀ ਹਰੀ, ਨੱਤ ਬੁਰਜ ਤੇ ਡੇਰਾ ਗੋਲੇਵਾਲ। ਇਹ ਸਾਰੀਆਂ ਟੀਮਾਂ ਜਿਹੜੀਆਂ ਖੇਡ ਗਰਾਊਂਡ ਦੇ ਲਾਗੇ ਰਹਿਣਗੀਆਂ।
ਇਧਰ ਗਰਮੇਲ ਸਿੰਘ ਪਿੰਡ ਬਦਣੀ ਖੁਰਦ ਤੋਂ ਪੁੱਜਾ ਹੋਇਆ ਬੋਤਲ ਦੇ ਉੱਪਰ ਕਰਤੱਵ ਕਰਨਾ ਤੇ ਮੈਚ ਜਿਹੜਾ ਸ਼ੁਰੂ ਕਰਵਾ ਦਿੱਤਾ ਜਾਵੇ ਖੇਡ ਗਰਾਊਂਡ ਦੇ ਵਿੱਚ ਇਧਰ ਵੱਡੇ ਘਰ ਦੇ ਖਿਡਾਰੀ ਜਿਹੜੇ ਆਪਣੀ ਟੀਮ ਦੇ ਕੋਲੇ ਪਹੁੰਚ ਜਾਣ ਲੈ ਵੀ ਟੀਮਾਂ ਜ਼ਰੂਰ ਦੱਸੋ ਵੀ ਕਿਹੜੀ ਟੀਮ ਕਿਹੜੀ ਸਾਈਡ ਹੈ ਕੋਟ ਗੰਗੂ ਰਾਏ ਦੀ ਟੀਮ ਮੇਰੇ ਵੀਰੋ ਉਹ ਆ ਮੇਰੇ ਸੱਜੇ ਹੱਥ ਇਧਰ ਬੋਤਲ ਦੇ ਉੱਪਰ ਕਰਤੱਵ ਕਰਕੇ ਦਿਖਾ ਰਿਹਾ ਲੈ ਵੀ ਦਬਾ ਦਬ ਕਰਤੱਵ ਕਰਕੇ ਮੇਰਾ ਭਰਾ ਕਿਰਾਂ ਲਓ ਵੀ ਤਾੜੀਆਂ ਮਾਰ ਦੋ ਪੰਜਾਬੀ ਵੀਰੋ ਇੱਕ ਵਾਰੀ ਬੋਤਲ ਦੇ ਉੱਪਰ ਬੈਲੈਂਸ ਬਣਾਇਆ ਹੋਇਆ ਉਧਰ ਸਾਡਾ ਵੀਰ ਸੇਵਕ ਮਾਣੂ ਕੇ ਗਿੱਲਾਂ ਵਾਲਾ ਪੂਰੀ ਦੁਨੀਆਂ ਦੇ ਵਿੱਚ 365 ਵੈਬਸਾਈਟ ਤੇ ਦਿਖਾ ਰਿਹਾ ਹੈ ਲਓ ਤਾੜੀਆਂ ਮਾਰ ਦੋ ਇੱਕ ਵਾਰੀ ਜ਼ੋਰਦਾਰ ਬਸ ਬਾਹਰ ਲੈ ਜਾਣ ਇੱਕ ਪਾਸੇ ਟੀਮ ਜਿਹੜੀ ਉੱਪਾ ਵਾਲ ਦੂਜੇ ਪਾਸੇ ਕੋਟ ਗੰਗੂ ਰਾਏ ਲਓ ਗਰਾਊਂਡ ਥੋੜਾ ਕਲੀਅਰ ਜਿਹਾ ਕਰ ਲਈਏ ਆਪਾਂ ਜਿਹੜੇ ਵੀਰ ਗਰਾਊਂਡ ਦੇ ਵਿੱਚ ਹੱਥ ਬੰਨ ਕੇ ਬੇਨਤੀ ਹੈ ਸਾਰੇ ਤੁਸੀਂ ਸੱਜਣ ਮਿੱਤਰ ਹੈ ਜਿਹੜੇ ਵੀਰ ਗਰਾਊਂਡ ਦੇ ਵਿੱਚ ਥੋੜਾ ਸਪੇਅਰ ਆ ਪਲੀਜ਼ ਇੱਕ ਸਾਈਡ ਤੇ ਹੋ ਜਾਓ ਕਿਉਂਕਿ ਦਰਸ਼ਕ ਵੀਰਾਂ ਨੇ ਵੀ ਕਬੱਡੀ ਦੇਖਣੀ ਹੈ ਤੇ ਕਬੱਡੀ ਦੇਖਣਾ ਇਹ ਹੈ ਔਰ ਜਿੰਨੇ ਵੀ ਦਰਸ਼ਕ ਵੀਰ ਪੁੱਜੇ ਹੋਏ ਇਸ ਖੇਡ ਮੇਲੇ ਤੇ ਸਾਰੇ ਹੀ ਵੀਰਾਂ ਦਾ ਵੱਡਾ ਧੰਨਵਾਦ ਹੈ ਕਿਉਂਕਿ ਕੋਟ ਗੰਗੂ ਰਾਏ ਦਾ ਇੱਕ ਇਹੋ ਜਿਹਾ ਖੇਡ ਮੇਲਾ ਹੈ ਦੁਨੀਆ ਉਂਗਲਾਂ ਤੇ ਉਡੀਕਦੀ ਹੈ ਵੀ ਕੋਟ ਗੰਗੂ ਰਾਏ ਦਾ ਖੇਡ ਮੇਲਾ ਜਿਹੜਾ ਕਰਵਾਇਆ ਜਾਂਦਾ ਤੇ ਵੱਡੇ ਪ੍ਰਬੰਧ ਹੁੰਦੇ ਨੇ ਹਰ ਸਾਲ ਮੇਰੀ ਵੀਰੋ ਲਓ ਇੱਕ ਪਾਸੇ ਟੀਮ ਜਿਹੜੀ ਉੱਬਾ ਵਾਲ ਦੂਜੇ ਪਾਸੇ ਕੋਟ ਗੰਗੂ ਰਾਏ ਮੁਕਾਬਲਾ ਜਿਹੜਾ ਸ਼ੁਰੂ ਕਰਵਾ ਦਿਓ ਕਹਿੰਦੇ ਵੀ ਘਰ ਵਾਲੀ ਵੀ ਹੈਂਡੀਕੈਪਟ ਆ ਦੇ ਇੱਕ ਮੁੰਡਾ ਤੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਗੇੜਾ ਲਾਉਣਾ ਕਟਾਣੀ ਤੇ ਆਦਮਪੁਰ ਕਟਾਣੀ ਤੇ ਆਦਮਪੁਰ ਵਾਲੇ ਇਹ ਗਰਾਊਂਡ ਤੇ ਆ ਜਾਣ ਬਾਈ ਕਟਾਣੀ ਤੇ ਆਦਮਪੁਰ ਲਓ ਪਹਿਲੀ ਕਬੱਡੀ ਪਾਉਣ ਦੇ ਲਈ ਮੇਰੇ ਪੰਜਾਬੀ ਵੀਰੋ ਇਹ ਆ ਉੱਪਾ ਵਾਲ ਦੀ ਧਰਤੀ ਦਾ ਗੱਗੀ ਇੱਕ ਖੀਰਾ ਵਾਲ ਦਾ ਕਹਿੰਦੇ ਸੁਪਰ ਸਟਾਰ ਹੈ ਬਈ ਬਲਵਿੰਦਰ ਸਿੰਘ ਆਪਣੇ ਪੰਜਾਬ ਰਾਜ ਬਿਜਲੀ ਬੋਰਡ ਦੇ ਨਾਲ ਜੀਤ ਸਿੰਘ ਜੀ ਸਾਡੇ ਕੋਟ ਗੰਗੂ ਰਾਏ ਦੇ ਜੋ ਸੇਵਾ ਕਰਨੇ ਨੇ ਪੰਜਾਬ ਰਾਜ ਬਿਜਲੀ ਬੋਰਡ ਚੋਂ ਆਪਣਾ ਸਨਮਾਨ ਚਿੰਨ੍ਹ ਲੈ ਜਾਣ ਲਓ ਕੋਟ ਗੰਗੂ ਰਾਏ ਦਾ ਗੱਭਰੂ ਲਾ ਜਫਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਲਈ ਜੋੜ ਗਿਆ ਮੇਰੇ ਵੀਰੋ ਇੱਕ ਡੇਢ ਪੁਆਇੰਟ ਤੇ ਨੰਬਰ ਦਾ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਲਓ ਕੋਟ ਗੰਗੂ ਰਾਏ ਦੀ ਤਰਫੋਂ ਗੱਭਰੂ ਕੋਟ ਗੰਗੂ ਰਾਏ ਨੇ ਜਿਹਨੇ ਜਫਾ ਲਾਇਆ 100 ਰੁਪਈਆ ਬਲੈਤੀ ਰਾਮ ਦੀ ਤਰਫੋਂ ਮੇਰੇ ਕੋਲ ਪਹੁੰਚ ਗਿਆ ਸਟੇਜ ਤੋਂ ਆ ਕੇ ਲੈ ਜਿਓ ਇਹ ਆ ਕਾਕਾ ਕਹਿੰਦੇ ਨੰਗਲਿਆਂ ਵਾਲਾ ਸਾਬੋ ਕੀ ਤਲਵੰਡੀ ਦੇ ਕੋਲੋਂ ਪੁੱਜਾ ਖਿਡਾਰੀ ਆ ਪਰ ਜਫਾ ਖਾ ਬੈਠਾ ਲਓ ਸਾਹਮਣੇ ਫਿਰ ਗੱਭਰੂ ਕਬੱਡੀ ਪਾਉਣ ਦੇ ਲਈ ਲਓ ਰੀਟਾ ਇਹ ਆ ਰੀਟਾ ਮੇਰੇ ਵੀਰੋ ਲਓ ਰੀਟੇ ਦਾ ਬੋਲਿਆ ਹੋਇਆ ਧਾਵਾ ਤੇ ਚਾਰ ਜਾਫੀ ਉਡੀਕ ਕਰ ਰਹੇ ਆ ਕੋਟ ਗੰਗੂ ਰਾਏ ਦੇ ਲਓ ਉਸੇ ਜਾਫੀ ਨੇ ਫਿਰ ਵੱਧ ਕੇ ਕੋਸ਼ਿਸ਼ ਕੀਤੀ ਹੈ ਵਾਹ ਤੇਰੇ ਗੱਭਰੂ ਆ ਕਿ ਗੁੱਟ ਤੋਂ ਫੜ ਕੇ ਲਾ ਦੇ ਜਿੰਦਰੇ ਹੱਥ ਛਡਾਵੇ ਨਾ ਤੂੰ ਮਾਰ ਸੋਹਣਿਆ ਕੈਂਚੀ ਰੇਡਰ ਸੋਕਾ ਜਾਵੇ ਨਾ ਸ਼ਿੰਦੇ ਫੌਜੀ ਦੀ ਤਰਫੋਂ ਇਸ ਜਾਫੀ ਦੇ ਲਈ ਸਾਰ ਜਿਹੜੇ ਮੇਰੇ ਵੀਰ ਨੇ ਬੋਤਲ ਦੇ ਉੱਪਰ ਕਰਤੱਵ ਦਿਖਾਏ ਨੇ ਉਹਨਾਂ ਨੂੰ 100 ਰੁਪਈਆ ਕੇਸਰ ਸਿੰਘ ਕੂਨਰ ਕੈਨੇਡਾ ਦੀ ਤਰਫੋਂ ਬਈ ਆ ਜਿਹੜੀ ਦੋਨਾਂ ਦੇ ਵਿੱਚੋਂ ਟੀਮ ਜਿੱਤੂਗੀ ਉਹਨੂੰ 500 ਰੁਪਈਆ ਨਰੰਗ ਸਿੰਘ ਜੂਕੇ ਦੀ ਤਰਫੋਂ ਦਿੱਤਾ ਜਾਊਗਾ ਔਰ ਜਿਹੜਾ ਕੋਟ ਗੰਗੂਰੇ ਵਾਲੇ ਵੀਰ ਨੇ ਜੱਫਾ ਲਾਇਆ ਸੀ 100 ਰੁਪਈਆ ਬਲੈਤੀ ਰਾਮ ਦੀ ਤਰਫੋਂ ਲਓ ਕਾਕਾ ਕਹਿੰਦੇ ਸਾਬੋ ਕੀ ਤਲਵੰਡੀ ਦੇ ਕੋਲੋਂ ਪੁੱਜਾ ਹੋਇਆ ਖਿਡਾਰੀ ਅੱਜ ਕੋਟ ਗੰਗੂਰਾਏ ਦੀ ਟੀਮ ਦੇ ਲਈ ਪ੍ਰਦਰਸ਼ਨ ਕਰਦਾ ਲਓ ਸਾਹਮਣੇ ਗੱਗੀ ਕਬੱਡੀ ਪਾ ਰਿਹਾ ਮੇਰੇ ਵੀਰੋ ਲਓ ਗੱਗੀ ਦਾ ਬੋਲਿਆ ਹੋਇਆ ਧਾਵਾ ਹੈਲੋ ਸੋਹਣਿਆ ਤੇ ਪੰਜੇਟਾ ਵੀਰਪਾਲ ਇਹ ਵੀ ਤਿਆਰ ਰਹਿਣ ਬਈ ਸੋਹਣਿਆ ਤੇ ਪੰਜੇਟਾ ਵੀਰਪਾਲ ਵਾਹ ਪਰ ਮੁੰਡਾ ਹੱਥਾਂ ਚੋਂ ਨਿਕਲ ਗਿਆ ਦਰਸ਼ਕਾਂ ਨੇ ਬਈ ਜਿਹੜੀ ਟੀਮ ਜਿੱਤੂਗੀ ਉਹਨੂੰ 500 ਰੁਪਈਆ ਨਰੰਗ ਸਿੰਘ ਜੀ ਜੂਕੇ ਦੀ ਤਰਫੋਂ ਮੇਰੇ ਕੋਲ ਪਹੁੰਚ ਗਿਆ ਸਟੇਜ ਤੋਂ ਆ ਕੇ ਮੇਰੇ ਕੋਲੋਂ ਪ੍ਰਾਪਤ ਕਰ ਲਿਓ ਬਈ ਮੰਗਾ ਵੀਰ ਸਾਡਾ ਜੋ ਕਿ ਕੰਟੈਕਟ ਬੇਸ ਤੇ ਸਾਡੇ ਬਿਜਲੀ ਬੋਰਡ ਦੇ ਵਿੱਚ ਸੇਵਾ ਨਿਭਾ ਰਹੇ ਨੇ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਰਹੇ ਨੇ ਪੰਮਾ ਸਿੰਘ ਜੀ ਐਕਸ ਖਜਾਨਚੀ
ਬਬਲੂ ਦਿੱਲੀ ਵਾਲੇ ਨਾਲ ਬਰੈਤੀ ਰਾਮ ਜੀ ਧਰਮਸੋਤ ਬਹੁਤ ਬਹੁਤ ਜੀ ਇਹਨਾਂ ਦਾ ਧੰਨਵਾਦ। ਲਓ ਕਾਕਾ ਪੁਆਇੰਟ ਜਿਹੜਾ ਕੋਟ ਗੰਗੂਰਾਜ ਦੀ ਟੀਮ ਦੇ ਲਈ ਜੋੜ ਗਿਆ ਮੇਰੇ ਵੀਰੋ। ਲਓ ਸਾਹਮਣੇ ਫਿਰ ਕਹਿੰਦੇ ਰੀਟਾ ਕਬੱਡੀ ਪਾਉਂਦਾ ਆ ਖੇਡਦੇ ਮੈਦਾਨ ਦੇ ਵਿੱਚ। ਲਓ ਚਾਰ ਜਾਫੀ ਉਡੀਕ ਕਰ ਰਹੇ ਆ ਕਿ ਚਾਰ ਖੜੇ ਜਾਫੀ ਤਾਂ ਵੀ ਆ ਗਿਆ ਭੱਜ ਕੇ, ਕੌਣ ਖਿੱਚੂ ਕਿੱਟੇ ਕੌਣ ਲੱਗੂ ਭੱਜ ਕੇ, ਕਿਹਦੇ ਮੋਟੇ ਪੱਟ ਕਿਹਦੇ ਡਾਲੇ ਪਏ ਗੁੰਦੇ ਆ। ਇਹ ਧਰਤ ਮੇਰੇ ਪੰਜਾਬ ਦੀ, ਇੱਥੇ ਸ਼ੇਰ ਸ਼ੇਰ ਹੀ ਪੈਦਾ ਹੁੰਦੇ ਆ, ਇੱਥੇ ਸ਼ੇਰ ਹੀ ਪੈਦਾ ਹੁੰਦੇ ਆ। ਹੁਣ ਤਾੜੀਆਂ ਵੱਜਣਗੀਆਂ, ਬੱਲੇ 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 ਵਾਹ। ਜਗਦੀਸ਼ ਪ੍ਰਧਾਨ ਦੇ ਕੇ ਐਸ ਮਾਰਬਲ ਵਾਲਿਆਂ ਦੀ ਤਰਫੋਂ 100 ਰੁਪਈਆ, ਆਪਣੇ ਬਲੈਤੀ ਰਾਮ ਧਰਮਸੋਤ ਦੀ ਤਰਫੋਂ ਸਾਡਾ ਭਰਾ ਜੀ ਨੇ ਜੱਫਾ ਲਾਇਆ 200 ਰੁਪਈਆ। ਸਾਡਾ ਭਰਾ ਜਗਦੀਸ਼ ਪ੍ਰਧਾਨ ਉਹਦੇ ਦਾਦਾ ਜੀ ਦੇ ਵੱਲੋਂ 500 ਰੁਪਏ ਦੇ ਮਾਨ ਸਤਿਕਾਰ ਹੋਣਗੇ ਜਿਹੜੀ ਟੀਮ ਜਿੱਤੇਗੀ। ਸਾਡੇ ਪ੍ਰਧਾਨ ਸਾਹਿਬ ਜੀ ਦੇ ਦਾਦਾ ਜੀ ਉਹਨਾਂ ਵੱਲੋਂ 500 ਰੁਪਏ ਹੋਣਗੇ ਜਿਹੜੀ ਟੀਮ ਜਿੱਤੇਗੀ। ਹਰਜੀਤ ਸਿੰਘ ਜੀ ਲੰਬੜਦਾਰ ਵੱਲੋਂ ਜਿਹਨੇ ਜਾਫੀ ਨੇ ਜੱਫਾ ਲਾਇਆ 100 ਰੁਪਏ ਦੇ ਵੱਡੇ ਮਾਨ ਸਤਿਕਾਰ ਭੇਜੇ ਹੈ। 100 ਰੁਪਇਆ ਅਮਰਜੀਤ ਸਿੰਘ ਜੀ ਹੋਰਾਂ ਵੱਲੋਂ ਦਿੱਤਾ ਗਿਆ ਇਸ ਜਾਫੀ ਦੇ ਲਈ। 100 ਰੁਪਇਆ ਗ੍ਰਾਮ ਪੰਚਾਇਤ ਵੱਲੋਂ। ਲਓ ਸਾਹਮਣੇ ਗੱਗੀ, ਹੁਣ ਤਾੜੀਆਂ ਮਾਰ ਦਿਓ। ਕਹਿੰਦੇ ਕੋਟ ਗੰਗੂਰਾਜ ਵਾਲਿਆਂ ਨੇ ਵੀ ਬਟੂਏ ਜਿਹੜੇ ਜੇਬਾਂ ਚੋਂ ਕੱਢ ਲਏ ਆ। ਲਓ ਸਾਹਮਣੇ ਕੋਟ ਗੰਗੂਰਾਜ ਦਾ ਖਿਡਾਰੀ ਕਰਦਾ ਹੋਇਆ ਕੋਸ਼ਿਸ਼, ਬੱਲੇ 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 ਬੱਲੇ, ਟੱਕਰ ਹੋ ਗਈ ਸ਼ੇਰਾਂ ਦੀ। ਲਓ ਦੇਖੋ ਹੁਣ ਹੰਦਿਆਂ ਤੇ ਮੁਕਾਬਲਾ ਆਓ ਗਿਆ। ਵਾਹ ਤੇਰੇ ਗੱਭਰੂ, ਇਹ ਆ ਗੱਗੀ ਕਬੱਡੀ ਦਾ ਸੁਪਰ ਖਿਡਾਰੀ, ਪੁਆਇੰਟ ਜਿਹੜਾ ਆਪਣੀ ਟੀਮ ਦੇ ਲਈ ਜੋੜ ਗਿਆ ਕਿ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ, ਕੋਈ ਸਿੱਧਾ ਨਹੀਂ ਤਕੜਾ ਜੰਮਦਾ, ਜਿਹੜਾ ਰਾਤੋਂ ਰਾਤ ਬਣਨ ਨੂੰ ਫਿਰੇ ਸਟਾਰ ਉਹ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ, ਤੇ ਲੀਲਾ ਵਾਲਾ ਮੋੜਾ ਗੱਲਾਂ ਸੱਚ ਲਿਖਦਾ। ਹੌਲੀ ਹੌਲੀ ਬੰਦਾ ਪੌੜੀ ਚੜ੍ਹ ਨਹੀਂ ਸਕਦਾ, ਹੌਲੀ ਹੌਲੀ ਬੰਦਾ ਪੌੜੀ ਚੜ੍ਹ ਨਹੀਂ ਸਕਦਾ। ਕਾਕੇ ਦੀ ਪਾਈ ਹੋਈ ਕਬੱਡੀ ਤੇ ਹੋ ਗਿਆ ਵਾਕਾ ਮਿੱਤਰੋ। ਉਧਰੋਂ ਜਾਫੀ ਕਰਦਾ ਹੋਇਆ ਕੁਛ ਸੱਜੇ ਖੱਬੇ, ਲਓ ਟੱਕਰ 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 ਹੋ ਗਈ ਮਿੱਤਰੋ, ਤੇ ਪੁਆਇੰਟ ਜਿਹੜਾ ਇਹ ਕਾਕਾ ਆਪਣੀ ਟੀਮ ਦੇ ਲਈ ਜੋੜ ਗਿਆ। ਲਓ ਸਾਹਮਣੇ ਰੀਟਾ, ਇਧਰ ਸਾਡਾ ਵੀਰ ਓਮ ਕੰਡਿਆਣਾ ਜੀ, ਲਓ ਸਾਹਮਣੇ ਕਾਕਾ ਮੇਰੇ ਵੀਰੋ ਬਈ ਆ ਰੇਡਰ ਨੂੰ 100 ਰੁਪਈਆ ਕੇ ਐਸ ਮਾਰਬਲ ਵਾਲਿਆਂ ਦੀ ਤਰਫੋਂ ਮੇਰੇ ਕੋਲ ਪਹੁੰਚ ਗਿਆ। ਰੇਡਰ ਨੂੰ 100 ਰੁਪਈਆ ਕੇ ਐਸ ਮਾਰਬਲ ਸਟੋਰ। ਲਓ ਸਾਹਮਣੇ ਮੇਰੇ ਵੀਰੋ ਗੱਗੀ ਦੀ ਪਾਈ ਹੋਈ ਕਬੱਡੀ ਹੈ। ਉਧਰ ਜਗਦੀਸ਼ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਦੇ ਦਾਦਾ ਜੀ ਆਖਦੇ ਵੀ ਜਿਹੜੀ ਟੀਮ ਜਿੱਤੂਗੀ 500 ਦੇ ਮਾਨ ਸਤਿਕਾਰ ਹੋਣਗੇ। ਲਓ ਮੁੰਡੇ ਦਾ ਸਰੀਰ ਫਿੱਟਾ, ਲਓ ਦੇਖੋ ਟੱਕਰ ਹੋ ਗਈ ਸ਼ੇਰਾਂ ਦੀ, ਬੱਲੇ 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 ਬੱਲੇ। ਵਾਹ, ਇਹ ਆ ਗੱਭਰੂ ਗੱਗੀ ਮੇਰੇ ਵੀਰੋ, ਪੁਆਇੰਟ ਜਿਹੜਾ ਆਪਣੀ ਟੀਮ ਦੇ ਲਈ ਜੋੜ ਗਿਆ। ਇਧਰ ਰਾਜੂ ਵੱਲੋਂ ਇਸ ਰੇਡਰ ਦੇ ਲਈ 100 ਰੁਪਏ ਦੇ ਮਾਨ ਸਤਿਕਾਰ ਭੇਜੇ ਹੈ, ਅਸੀਂ ਧੰਨਵਾਦ ਕਰਦੇ ਹਾਂ। ਲਓ ਕਾਕਾ ਕਰਦਾ ਹੋਇਆ ਯਤਨ ਭੱਜਣ ਦਾ, ਪਰ ਜਾਫੀ 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 ਸੁਣਦਾ ਲੜਕੀਆਂ ਦਾ ਲੌਂਗ ਜੰਪ ਤੇ ਹਾਈ ਜੰਪ ਲਵਾਉਣਾ। ਇਧਰ ਡੀਪੀ ਸਾਹਿਬ ਨੂੰ ਮਿਲੋ। ਲਓ ਲੱਗ ਗਿਆ ਜਫਾ ਕੇ ਤਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ। ਲਓ ਰਾਜੂ ਵੱਲੋਂ ਜਾਫੀ ਦੇ ਲਈ ਵੀ ਆਵਾਜ਼ ਸੁਣਦਾ ਨਰਿੰਦਰ ਸਿੰਘ, ਡੀਪੀ ਸਾਹਿਬ ਨੂੰ ਮਿਲ, ਲੜਕੀਆਂ ਦਾ ਲੌਂਗ ਜੰਪ ਤੇ ਹਾਈ ਜੰਪ ਲਵਾਉਣਾ। ਨਾਲ ਹੀ ਜੀ ਕੋਲੇ ਖੜਾ ਜੀ ਟਰੈਕ ਦੇ। 75 ਕਿਲੋ ਦੀ ਟੀਮ ਆ ਤੱਕੀਪੁਰ ਦੀ ਜਿੱਤ ਗਈ ਹੈ, ਨੋਟ ਕਰ ਲਿਓ। ਉਧਰ 2 ਨੰਬਰ ਗਰਾਊਂਡ ਦੇ ਵਿੱਚੋਂ ਤੱਕੀਪੁਰ ਦੀ ਟੀਮ ਜੇਤੂ ਹੈ, ਇਹ ਨੋਟ ਕਰ ਲੈਣਾ। ਇੱਕ ਵਾਰੀ ਜਿਹੜਾ ਬਾਈ ਬੋਲਦਾ ਕਿੱਥੇ ਕੁ ਜਿਹਾ ਹੱਥ ਖੜਾ ਕਰਕੇ ਦੱਸੋ ਵੀ ਇੱਧਰ ਆ ਕਿ ਉੱਧਰ। ਡੀਪੀ ਸਰ ਜੀ ਉਹ ਵੀਰੇ ਇੱਧਰ ਆ, ਇੱਧਰ ਆ। ਤੱਕੀਪੁਰ ਦੀ ਟੀਮ ਜਿਹੜੀ ਜੇਤੂ ਆ ਬਾਈ ਜੀ, ਨੋਟ ਕਰ ਲਿਓ, ਤੱਕੀਪੁਰ ਦੀ ਟੀਮ ਜੇਤੂ ਹੈ। ਬਾਈ ਰਵੀ ਰਠੌਰ ਜੀ ਜੋ ਕਿ ਕਾਂਗਰਸ ਦੇ ਜਨਰਲ ਸਕੱਤਰ ਨੇ, ਸਾਡੇ ਦਰਬਾਰ ਪਹੁੰਚੇ ਨੇ, ਸਾਡੇ ਬਹੁਤ ਪਿਆਰੇ ਮਿੱਤਰ ਨੇ, ਇਹਨਾਂ ਦਾ ਵੀ ਇੱਥੇ ਪਹੁੰਚਣ ਤੇ
बहुत बहुत धन्यवाद इन्हां नूं असीं जी आए आखदे आ रवि रठौर इस जाफी दे लई राजू भरा वल्लों भेजा गया असीं धन्नवाद करदे आ ते जितने वाली टीम दे लई प्रधान साहब जी दे दादा जी 500 देणगे लो डबल टच दा इशारा ते पॉइंट जिहड़ा मेरे वीरो ये रीटा अपनी टीम दे लई जोड़ गया उधर दुनिया दे आपां आखीए भी दर्शकां दे मनां दे विच भी हलचल होई है भी मैच जिहड़ा पूरा सिरे दा खेडिया जा रहा है पहला लड़कियां दा लौंग जंप लबगूगा सारियां लड़कियां स्टार्टिंग पॉइंट ते आ जा लो सामने वेखांगे हुण कौण कबड्डी पावेगा मेरे वीरो यार खुराका खादियां दे आ कौडी कौडी करदे फिरदे पुत पंजाबियां दे उधर काके ने कबड्डी पाई मुंडा चिंबड़ गया खोचा नूं लो देखो हुण देखो जोर 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 वाह लवी एक बारी ना दस गबरू तेरा की है राम लो नाम मुंडे दा राम आते काम भी पूरा कैंट कर दिता गबरू ने लो उधर सामने गगी पाई है कबड्डी गबरू ने वखरे जे अंदाज दे विच इधर कोट गंगूराज दा गबरू डकण दी कोशिश करदा बल्ले 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 वाह ते पॉइंट जिहड़ा ये मेरे वीरो गगी अपनी टीम दे लई जोड़ गया उच कोटी का मुकाबला जिहड़ा खेडिया जा रहा मेरे वीरो के सोहणे लगदे गुंदे होए शरीर जवानां दे चारे पासे चर्चे होण तफानां दे लड़कियां जिन्नियां भी पहुंचियां हां जी मेरे कोले दो नाम लिखा देण लड़कियां लौंग जंप लई भाजी कलोटी दी टीम आ गई आ जखेपल दी टीम दो नंबर ग्राउंड दे विच आवे जखेपल डेरा जखेपल लो उधर कोट गंगेराज दा जाफी कबड्डी पा रहा बल्ले 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 टक्कर 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 होई पई आए मुंडे ने राह बंद करते वाह चार छपेरियो कहिंदा भज मासी दिया पोता किधर भजदा ते राह बंद करते मुंडे ने मेरे वीरो लो पॉइंट जिहड़ा ये जाफी ने अपनी टीम दे लई जोड़िया जे स्वाद आ रहा एक बारी खुल के ताड़ी मार दो पता लग जाए भी मैच जिहड़ा पूरा सिरे दा खेडिया जा रहा है वाकई सिरे दी टक्कर है मेरे वीरो लो इधर रीटा कबड्डी पाउंदा खेड दे मैदान दे विच लो रीटे दा बोलिया होया धावा ते चार जाफी हुण कोट गंगूराज दे किहड़ा जाफी करदा कोशिश लो गड्डी बैक ते पॉइंट जिहड़ा ये धावी रीटा वाह के मारी जदों छाल ला के जोर पट्टा नाल अख दे झवाके नाल कमाल जिहा हो गया कि खैरियां दा जिंदू आके धावी हाथ ला के पलों में आ गया लो पॉइंट जिहड़ा ये धावी ने अपनी टीम के लिए जोड़िया कोट गंगूराज के पॉइंट ने जिहड़े ओह ने साढ़े अठ उबोवाल के पॉइंट ने तेरह इस मैच के विचों उबोवाल की टीम जिहड़ी जेतू है लो दोनों टीम अपने पैसे जिहड़े जरूर प्राप्त कर लैन मेरे को दोनों टीम आदमपुर ते कटाणी कलां बालीवाल दा मैच आलन भी आदमपुर ते कटाणी सारे पार्टिसिपेट लड़कियां अगे आ जाओ पहला लो भी मैच बहुत वधिया सी क्योंकि कई वार किसी वीर भरा दा नाम बोलन लियो रह जांदा गुस्सा नहीं करना क्योंकि मैच आप जेतू टीम नूं आ थोड़े आ भीरे कलोटी पिंड डेरा जखेपल वड्डा घर जंडसर रामगढ़ बई साडे दरम्यान पहुंचे ने रविंदर सिंह जी रवि रठौर सकत्तर पंजाब प्रदेश कांग्रेस कमेटी इन्हां दा भी असीं इत्थे पहुंचण ते ਨਿੱਘਾ ਸਵਾਗਤ ਹੈ ਇਹਨਾਂ ਨੂੰ ਜੀ ਆਇਆਂ ਆਖਦੇ ਆ ਇੱਕ ਮਿੰਟ ਜੀ ਕਮੈਂਟ ਰਵੀ ਰਠੌਰ ਕਮੈਂਟ ਵੀਰ ਆ ਜਿਹੜਾ ਲਾਸਟ ਮੈਚ ਆ ਉਪੋਵਾਲ ਦਾ ਹੋਊਗਾ ਇੱਕ ਮਿੰਟ ਜੀ ਮੈਂ ਕਮੈਂਟ ਰੱਖਿਆ ਜੀ ਉਪੋਵਾਲ ਨੋਟ ਕਰ ਲਈ ਮਰ ਜਾ ਕਮੈਂਟਰ ਜੀ ਠੀਕ ਹੈ ਜੀ ਇੱਕ ਮਿੰਟ ਮੈਂ ਬੰਦ ਰੱਖਿਓ ਜੀ ਇੱਕ ਮਿੰਟ ਜੀ ਆਪਣੇ ਆ ਪੁਲਿਸ ਮੁਲਾਜ਼ਮ ਨਾ ਆ ਤਿੰਨ ਕੈਮਰੇ ਕੋਲ ਖੜੇ ਨੇ ਆ ਲਵਾਓ ਵੀ ਮੈਚ ਕਟਾਣੀ ਤੇ ਆਦਮਪੁਰ ਦਾ ਇਹਨਾਂ ਨੂੰ ਬੇਨਤੀ ਆ ਕਿਰਪਾ ਕਰਕੇ ਆ ਪੌੜੀਆਂ ਦੇ ਨੇੜੇ ਆ ਜਾਣ
ਇੱਥੇ ਬਾਈ ਜੀ ਆਪਣੇ ਪੌੜੀਆਂ ਦੇ ਨੇੜੇ ਖੜ੍ਹ ਜਾਓ ਜੀ। ਬੀ ਗਰਾਊਂਡ ਦੇ ਵਿੱਚ ਸੋਹਣਿਆਂ ਅਤੇ ਪੰਜੇਟਾ ਵੀਰਪਾਲ ਇਹ ਵੀ ਭਾਈ ਕੋਲ ਆ ਜਾਣਾ, ਸੋਹਣਿਆਂ ਅਤੇ ਵੀਰਪਾਲ ਪੰਜੇਟਾ। ਹਾਂਜੀ ਕ੍ਰਿਸ਼ਨ ਵੀਰ ਕਮੈਂਟਰ ਵੀਰੇ, 75 ਦੇ ਮੈਚ ਆਪਾਂ ਏ ਗਰਾਊਂਡ 'ਚ ਕਰਾਉਣੇ ਨੇ ਸਾਰੇ ਮੈਚ। ਕਲੋਟੀ ਪਿੰਡ ਅਤੇ ਡੇਰਾ ਜਖੇਪਲ ਦਾ ਜਿਹੜਾ ਦੋ ਨੰਬਰ ਗਰਾਊਂਡ ਦੇ ਵਿੱਚ ਮੈਚ ਆ, ਠਾੜ ਦੇ ਉੱਧਰ ਕਰਾਉਣੇ ਨੇ। ਵੱਡਾ ਘਰ ਅਤੇ ਜੰਡਸਰ ਰਾਮਗੜ੍ਹ, ਜੰਡਸਰ ਉਮੀਦੀ ਅਤੇ ਛਾਤਰੇ ਹਰਿਆਣਾ, ਮੱਲੀਆਂ ਵਾਲਾ ਅਤੇ ਸਾਦੀ ਹਰੀ, ਨੱਤਬੁਰਜ ਅਤੇ ਡੇਰਾ ਗੋਲੇਵਾਲ ਜਲਾਲ ਦੇ ਨਾਲ ਟੀਮ ਜਿਹੜੀ ਹੁਣ ਉਬੋਵਾਲ ਦੀ ਜਿੱਤ ਖੇਡੂਗੀ। ਅਥਲੈਟਿਕਸ ਲੜਕੀਆਂ ਇੱਕ ਵੱਡਾ ਘਰ ਅਤੇ ਜੰਡਸਰ ਰਾਮਗੜ੍ਹ ਆਪਣੇ ਨੰਬਰ ਵਾਈਜ਼ ਆਉਣ, ਉਹਨਾਂ ਦੇ ਨੰਬਰ ਵਾਈਜ਼ ਹੀ ਜੋ ਵੀ ਲੌਂਗ ਜੰਪ ਦੀ ਮੇਜਰਮੈਂਟ। ਜੰਡਸਰ ਰਾਮਗੜ੍ਹ ਅਤੇ ਵੱਡਾ ਘਰ, ਜੰਡਸਰ ਹਮੀਦੀ ਅਤੇ ਛਾਤਰੇ ਹਰਿਆਣਾ, ਮੱਲੀਆਂ ਵਾਲਾ ਅਤੇ ਸ਼ਾਦੀ ਹਰੀ, ਨੱਤਬੁਰਜ ਅਤੇ ਡੇਰਾ ਗੋਲੇਵਾਲ ਜਲਾਲ ਅਤੇ ਉਪੋਵਾਲ, ਇਹ ਸਾਰੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆਉਣਗੀਆਂ ਮੇਰੇ ਵੀਰੋ। ਹਰਜੀਤ ਲਾਲ ਕਲਾ ਸੀ, ਧੰਨਵਾਦ ਰੈਫਰੀ ਸਾਹਿਬ। ਏ ਗਰਾਊਂਡ ਵੱਡਾ ਘਰ ਤਾਰੀ ਵੀਰੇ, ਆਪਾਂ 15 ਕੌਡੀਆਂ ਤੋਂ ਘੱਟ ਨਹੀਂ, ਇਹ 'ਚ 13 ਕੌਡੀਆਂ ਪਈਆਂ ਨੇ ਆ ਮੈਚ, 15-15 ਕੌਡੀਆਂ ਦੇਣੀਆਂ ਨੇ। ਓਕੇ, 13.5 ਦੇ ਮੈਚ ਮੁੱਕਿਆ ਜੀ। ਸਾਡੇ ਦਰਮਿਆਨ ਪਹੁੰਚੇ ਨੇ ਬਿੰਦਰ ਸਿੰਘ ਜੀ ਆਸਟ੍ਰੇਲੀਆ, ਔਰ ਰਾਜੂ ਇਟਲੀ ਜੋ ਕਿ ਚੇਚੇ ਤੌਰ 'ਤੇ ਪਹੁੰਚੇ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਔਰ ਇਹਨਾਂ ਨੂੰ ਅਸੀਂ ਇੱਥੇ ਪਹੁੰਚਣ 'ਤੇ ਜੀ ਆਇਆਂ ਆਖਦੇ ਹਾਂ। 68 ਕਿਲੋ ਭਾਰ ਦੇ ਜਿਹੜੇ ਮੈਚ ਨੇ, ਵੱਡਾ ਘਰ ਅਤੇ ਜੰਡਸਰ ਰਾਮਗੜ੍ਹ, ਜੰਡਸਰ ਹਮੀਦੀ ਅਤੇ ਛਾਤਰੇ ਹਰਿਆਣਾ, ਮੱਲੀਆਂ ਵਾਲਾ ਅਤੇ ਸ਼ਾਦੀ ਹਰੀ, ਜੰਡਸਰ ਹਮੀਦੀ। ਘਲੋਟੀ ਦਾ ਕੀ ਬਣਿਆ? ਘਲੋਟੀ ਦਾ ਜੀ ਦੋ ਨੰਬਰ ਗਰਾਊਂਡ ਦੇ ਵਿੱਚ ਮੈਚ ਚੱਲਦਾ, ਘਲੋਟੀ ਅਤੇ ਡੇਰਾ ਜਖੇਪਲ, ਵੱਡਾ ਘਰ ਅਤੇ ਜੰਡਸਰ ਰਾਮਗੜ੍ਹ। ਇੱਕ ਨੰਬਰ ਜਾਓ ਜੀ, ਵੱਡਾ ਘਰ ਅਤੇ ਜੰਡਸਰ ਰਾਮਗੜ੍ਹ, ਜੰਡਸਰ ਹਮੀਦੀ ਅਤੇ ਛਾਤਰੇ ਹਰਿਆਣਾ, ਮੱਲੀਆਂ ਵਾਲਾ ਅਤੇ ਸ਼ਾਦੀ ਹਰੀ, ਨੱਤਬੁਰਜ ਅਤੇ ਡੇਰਾ ਗੋਲੇਵਾਲ। ਪੰਜ ਨੰਬਰੀ ਪੰਝੱਤਰ ਕਿਲੋ ਆ ਭਾਜੀ, ਰਾਮਪੁਰੇ ਦਾ ਮੈਚ ਕਿਹਦੇ ਨਾਲ ਆ? ਰਾਮਪੁਰੇ ਦਾ ਮੈਚ ਕਿਹਦੇ ਨਾਲ? 75 ਕਿਲੋ ਬਾਜੀ, 68 ਕਿਲੋ ਦੇ ਮੈਚ ਬੋਲੇ ਆ ਮੈਂ। ਵੱਡਾ ਘਰ ਜੰਡਸਰ ਰਾਮਗੜ੍ਹ, ਵੱਡਾ ਘਰ ਜੰਡਸਰ ਰਾਮਗੜ੍ਹ, ਜੰਡਸਰ ਹਮੀਦੀ। ਜੇ 68 ਕਿਲੋ ਦੀਆਂ ਇਹ ਟੀਮਾਂ ਨਹੀਂ ਆਉਂਦੀਆਂ ਤੇ ਸਕਰੈਚ ਕਰਾਂਗੇ। ਵੱਡਾ ਘਰ ਜੰਡਸਰ ਰਾਮਗੜ੍ਹ, ਜੰਡਸਰ ਹਮੀਦੀ ਤੇ ਛਾਤਰੇ ਹਰਿਆਣਾ, ਮੱਲੀਆਂ ਵਾਲਾ, ਸਾਦੀ ਹਰੀ, ਨੱਤਬੁਰਜ ਤੇ ਡੇਰਾ ਗੋਲੇਵਾਲ, ਜਲਾਲ ਤੇ ਉਬੋਵਾਲ। ਜਿਹੜੀਆਂ ਟੀਮਾਂ ਅਸੀਂ ਬੋਲੀਆਂ ਇਹ ਟੀਮਾਂ ਗਰਾਊਂਡ ਦੇ ਵਿੱਚ ਆਉਣ। ਕਿਹੜੀ ਟੀਮ ਆ ਗਈ ਜੀ? ਵੱਡਾ ਘਰ, ਵੱਡੇ ਘਰ ਦੀ ਟੀਮ ਆ ਗਈ ਆ, ਜੰਡਸਰ ਰਾਮਗੜ੍ਹ ਦੀ ਟੀਮ ਆਵੇ, ਜੰਡਸਰ ਰਾਮਗੜ੍ਹ। ਇੱਧਰ ਸਿਰ ਦੇ ਉੱਪਰ ਸਾਡੇ ਬਜ਼ੁਰਗ ਆਸਣ ਕਰ ਰਹੇ ਆ, ਇਹ ਵੀ ਹਰ ਇੱਕ ਖੇਡ ਵੇਲੇ 'ਤੇ ਕਰਤੱਵ ਕਰਦੇ ਆ। ਵੱਡੇ ਘਰ ਦੀ ਟੀਮ ਆ ਗਈ ਆ, ਜੰਡਸਰ ਰਾਮਗੜ੍ਹ। ਆਪਣੇ ਵੱਡਾ ਘਰ ਦੇ ਜੰਡਸਰ ਸੋਹਣਿਆਂ ਅਤੇ ਵੀਰਪਾਲ ਪੰਜੇਟਾ ਬੀ ਗਰਾਊਂਡ ਦੇ ਵਿੱਚ ਮੈਚ ਲੱਗੂਗਾ ਭਾਈ, ਇਦੋਂ ਬਾਅਦ ਕੋਲ ਰਹਿਣ। ਵੀਰ ਜੀ ਰਾਮਪੁਰੇ ਦਾ 75 ਕਿਲੋ ਦਾ ਮੈਚ ਕਿਹਦੇ ਨਾਲ ਆ? ਦੋ ਨੰਬਰ ਗਰਾਊਂਡ ਦੇ ਵਿੱਚ ਅਨਾਊਂਸ ਕਰੋ। ਲਿਸਟ ਨਹੀਂ ਹੈਗੀ ਵੀਰੇ? ਲਿਸਟ ਤਾਂ ਭੇਜੀ ਆ। ਲਿਸਟ ਮੇਰੇ ਕੋਲ ਨਹੀਂ ਆਈ ਵੀਰੇ, ਮੇਰੇ ਕੋਲ 68 ਕਿਲੋ ਦੇ ਮੈਚਾਂ ਦੀ ਲਿਸਟ ਆ। ਓਮ ਵੀਰ ਕਿੱਥੇ? 10 ਨੰਬਰ ਪਾਰਟਿਸਪੇਟ ਲੌਂਗ ਜੰਪ ਲਈ ਲੜਕੇ। ਉਹ ਲਿਸਟ ਤਾਂ ਫੜਾ ਜਾਇਆ ਕਰੋ ਜਦੋਂ ਤੁਹਾਡੇ ਕੋਲ ਭੇਜੀ ਆ ਸੀ। 68 ਕਿਲੋ ਦੀ ਲਿਸਟ ਦੇ ਜਿਹੜੇ ਮੈਚ ਹੈ ਉਹ ਵੱਡਾ ਘਰ ਅਤੇ ਜੰਡਸਰ ਰਾਮਗੜ੍ਹ, ਜੰਡਸਰ ਹਮੀਦੀ ਅਤੇ ਛਾਤਰ ਹਰਿਆਣਾ, ਮੱਲੀਆਂ ਵਾਲਾ ਅਤੇ ਸਾਦੀ ਹਰੀ, ਨੱਤਬੁਰਜ ਅਤੇ ਡੇਰਾ ਗੋਲੇਵਾਲ, ਜਲਾਲ ਵਰਸੀ ਉਬੋਵਾਲ, ਇਹ ਟੀਮਾਂ ਤਿਆਰ ਰਹਿਣਗੀਆਂ। ਲਓ ਅੱਜ ਕੋਟ ਗੰਗੂਰਾਏ ਦੇ ਵਿੱਚ
ਵੱਡੀਆਂ ਲੱਗੀਆਂ ਹੋਈਆਂ ਰੌਣਕਾਂ ਮੇਰੇ ਵੀਰੋ ਮਾਂ ਖੇਡ ਕਬੱਡੀ ਦੀਆਂ। ਕਹਿੰਦੇ ਵੀ ਹਰ ਸਾਲ ਜਿਹੜੇ ਕਬੱਡੀ ਦੇ ਵੱਡੇ ਸਟਾਰ ਪੁੱਜਦੇ ਆ ਮੇਰੇ ਵੀਰੋ ਕੋਟ ਗੰਗੂਰਾਜ ਦੇ ਵਿੱਚ, ਅੱਜ ਵਜਨੀ ਕਬੱਡੀ ਅਤੇ ਕੱਲੋਂ ਕਹਿੰਦੇ ਖੇਡ ਕਬੱਡੀ ਓਪਨ ਦੇ ਵੱਡੇ ਮੱਲ ਪੁੱਜਣਗੇ ਮੇਰੇ ਵੀਰੋ, ਅਤੇ ਬੈਸਟ ਰੇਡਰ ਅਤੇ ਬੈਸਟ ਸਟੋਪਰ ਨੂੰ ਮੋਟਰਸਾਈਕਲ ਦਿੱਤੇ ਜਾਣਗੇ। ਕਹਿੰਦੇ ਕੋਟ ਗੰਗੂਰਾਜ ਦੇ ਖੇਡ ਮੇਲੇ ਨੂੰ ਦੁਨੀਆ ਉਂਗਲਾਂ 'ਤੇ ਉਡੀਕਦੀ ਹੈ ਮੇਰੇ ਵੀਰੋ, ਅਤੇ ਦੁਨੀਆ ਦੀ ਨੰਬਰ ਵਨ ਵੈਬਸਾਈਟ ਕਬੱਡੀ 365 ਅੱਜ ਦਾ ਇਹ ਖੇਡ ਮੇਲਾ ਲਾਈਵ ਟੈਲੀਕਾਸਟ ਕਰ ਰਹੀ ਹੈ। ਇੱਕ ਮਿੰਟ ਜੀ ਛੋਟੇ ਵੀਰੋ, ਇੱਕ ਮਿੰਟ ਕਮੈਂਟਰ ਸਾਹਿਬ ਸਾਡੇ ਦਰਮਿਆਨ ਪਹੁੰਚੇ ਨੇ, ਰਵਿੰਦਰ ਸਿੰਘ ਜੀ, ਰਵੀ ਰਠੌਰ, ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸਤਿੰਦਰਪਾਲ ਸਿੰਘ ਜੀ ਗਿੱਲ ਤਾਜਪੁਰੀ, ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਬਚਿੱਤਰ ਸਿੰਘ ਜੀ ਦਰਦ, ਬਲਦੇਵ ਸਿੰਘ ਜੀ ਦਰਦ, ਇਹਨਾਂ ਨੂੰ ਇੱਥੇ ਅਸੀਂ ਪਹੁੰਚਣ 'ਤੇ ਕੋਟ ਗੰਗੂਰਾ ਦੀ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਦੀ ਤਰਫੋਂ ਇਹਨਾਂ ਨੂੰ ਪਹੁੰਚਣ 'ਤੇ ਇਹਨਾਂ ਦਾ ਨਿੱਘਾ ਸਵਾਗਤ ਅਤੇ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ। ਸਾਡੇ ਕੋਲ ਸਤਿੰਦਰਪਾਲ ਸਿੰਘ ਜੀ ਗਿੱਲ ਤਾਜਪੁਰੀ ਸਾਡੇ ਦਰਮਿਆਨ ਪਹੁੰਚਣ ਅਤੇ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ। ਬਈ ਖੀਰਨੀ ਕਮੈਂਟਰ ਸਾਹਿਬ ਗੱਲ ਸੁਣਿਓ ਧਿਆਨ ਨਾਲ, ਕਮੈਂਟਰ ਏ ਗਰਾਊਂਡ ਗੱਲ ਇੱਧਰ ਮੇਰੇ ਵੱਲ ਨਿਗਾਹ ਬਣਾ ਲਓ ਪਹਿਲਾਂ। ਹਾਂਜੀ ਸਰ। ਅਤੇ ਨਾਲ ਜਦ ਵੀ ਕੋਈ ਬੁਲਾਰਾ ਬੋਲੇ, ਠੀਕ ਹੈ ਜੀ, ਉਸ ਟਾਈਮ ਚੁੱਪ ਰਹਿਣਾ, ਟੀਮਾਂ ਦਾ ਪਹਿਲਾਂ ਵੇਰਵਾ ਦੋਨੋਂ ਪਾਸਿਆਂ ਦਾ ਲੈ ਲਓ, ਬੇਨਤੀ ਹੱਥ ਬੰਨ ਕੇ ਸਾਡੀ ਰੌਲਾ ਵਿੱਚ ਨਹੀਂ ਬੋਲਣਾ ਕਿਸੇ ਨੇ ਵੀ, ਠੀਕ ਹੈ ਸਰ, ਓਕੇ ਜੀ। ਡਾਕਟਰ ਗੁਰਮੇਲ ਸਿੰਘ ਜੀ ਸਨਮਾਨ ਚਿੰਨ੍ਹ ਦੇ ਰਹੇ ਨੇ, ਸਤਿੰਦਰ ਵੱਡੇ ਘਰ ਦੀ ਟੀਮ ਜਿਹੜੀ ਉਹ ਮੇਰੇ ਸਾਹਿਬ ਨੂੰ ਸੱਜੇ ਹੱਥ ਹੈ, ਤੇ ਮੂਵੀ ਵਾਲੇ, ਮੂਵੀ ਵਾਲੇ ਸੱਜਣ ਜਿੱਥੇ ਵੀ ਆਵਾਜ਼ ਸੁਣਦੇ ਨੇ, ਰਵਿੰਦਰ ਸਿੰਘ ਜੀ ਗਿੱਲ, ਸਤਿੰਦਰਪਾਲ ਸਿੰਘ ਜੀ ਗਿੱਲ ਤਾਜਪੁਰੀ ਸਾਹਿਬ, ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਇੱਧਰ ਬਾਅਦ ਜੀ ਬਚਿੱਤਰ ਸਿੰਘ ਜੀ ਦਰਦ, ਖੀਰਨੀਆਂ ਤੇ ਰਾਮਪੁਰਾ 75 ਕਿਲੋ ਮੈਚ ਚੱਲਦਾ ਜੀ। ਉਹ ਮੂਵੀ ਵਾਲੇ ਕਿੱਥੇ ਨੇ ਭਾਈ ਦਿੱਲੀ ਵੀਰ, ਇਹਨਾਂ ਨੂੰ ਸਨਮਾਨ ਚਿੰਨ੍ਹ ਦੇ ਰਹੇ ਨੇ, ਆ ਜਾਓ ਬਾਬਾ ਰਾਮ ਸਿੰਘ। ਖੀਰਨੀਆਂ ਤੇ ਰਾਮਪੁਰਾ ਮੈਚ ਚੱਲਦਾ ਹੈ, ਨਾਲ ਇੱਧਰ ਆ ਜਾਓ ਆਪਣੇ ਭਾਗੇ, ਇੱਕ ਮਿੰਟ, ਬੀ ਗਰਾਊਂਡ ਦਿੱਲੀ ਵੀਰ ਕਰਦਾ ਡਾਕਟਰ ਗੁਰਮੇਲ ਸਿੰਘ ਜੀ, ਤੇ ਨਾਲ ਹੁਣ ਹੈਗੇ ਨੇ ਸਰਦਾਰ ਬਲਦੇਵ ਸਿੰਘ ਜੀ, ਉਹ ਵੀ ਆਪਦਾ ਸਨਮਾਨ ਚਿੰਨ੍ਹ ਲੈ ਲੈਣ। ਮੈਂ ਇੱਧਰੋਂ ਬੇਨਤੀ ਕਰਦਾ, ਉੱਠ ਸਕਦੇ ਹੋ ਜੀ, ਉਹ ਆ ਜਾਓ ਜੀ, ਮੇਲੀ ਰੇਲਵੇ ਵਾਲੇ ਅਤੇ ਨਾਲ ਉਹਨਾਂ ਦੇ ਕੇ ਐੱਸ ਮਾਰਬਲ ਵਾਲੇ ਜਿਹੜੇ ਬੰਦੇ ਕਾਇਮ ਨੇ, ਥੋੜ੍ਹਾ ਜਿਹਾ ਅੱਗੇ ਆ ਜਾਓ। ਇਸ ਤੋਂ ਅੱਗੇ ਜੰਡਸਰ ਹਮੀਦੀ ਤੇ ਸਰਦਾਰ ਬਲਦੇਵ ਸਿੰਘ ਜੀ, ਸਾਤਰ ਹਰਿਆਣਾ, ਇਹਨਾਂ ਨੂੰ ਅਸੀਂ ਆਪਣੀ ਸਪੋਰਟ ਦਾ ਚਿੰਨ੍ਹ ਦੇ ਰਹੇ ਹਾਂ, ਇਹਨਾਂ ਦਾ ਅਸੀਂ ਇੱਥੇ ਆਉਣ 'ਤੇ ਹਾਰਦਿਕ ਧੰਨਵਾਦ ਕਰਦੇ ਹਾਂ।